ਅਸੀਂ ਪਹੁੰਚ ਚੁੱਕੇ ਹਾਂ ਬੰਬੇ ਪਿਕਨਿਕ ਸਪੌਟ। ਥੋੜ੍ਹੇ ਜਿਹੇ ਰੁਕਾਂਗੇ, ਬ੍ਰੇਕਫਾਸਟ ਕਰਾਂਗੇ, ਫਿਰ ਚੱਲਦੇ ਹਾਂ ਅੱਗੇ। ਲੈ ਦਿਓ ਟਿਕਟ, ਐਂਟਰੀ ਟਿਕਟ ਲਓ। ਦਸ ਰੁਪਏ? ਠੀਕ ਹੈ। ਹਾਂਜੀ, ਬੰਬੇ ਪਿਕਨਿਕ ਸਪੌਟ ਵਿੱਚ ਬ੍ਰੇਕਫਾਸਟ ਰੁਕੇ ਹਾਂ। ਮਿਲ ਗਿਆ, ਚੱਕ ਲਿਆ। ਕਿਆ ਲਿਆ ਤੁਸੀਂ? ਇਹ ਕੀ ਆ, ਪਾਪੜ ਲੈ ਲਿਆ? ਕਿੱਦਾਂ ਪਾਓ, ਤਾਂ ਕਿੱਦਾਂ ਪਾਣਾ? ਪਾ ਕੇ ਖਾ ਲਓ, ਹਾਂ ਪਾ ਕੇ ਖਾ ਲਓ। ਕਿੱਦਾਂ ਪਾਣਾ? ਪਾਪੜ ਲਿਆ ਜੀ ਇਹਨੇ, ਪਰਸ ਵਾਲਾ। ਸ਼ਾਬਾਸ਼, ਕੀ ਕਰਨਾ, ਇੱਥੇ ਵੱਡਾ ਪਾਪੜ ਹੈਗਾ ਇੱਕ। ਆਉਂ ਕਰਕੇ ਖਾ ਲਈ ਵਿੱਚ, ਪਾ ਕੇ ਕੀ ਪਾਇਆ ਵਿੱਚ ਇਹਨੇ? ਤਾਂ ਚੱਕਦਾ ਸਹੀ ਉਹਨੂੰ, ਚੱਕੋ ਚੱਕੋ। ਇੱਕ ਚਾਂਸ ਮਿਲਣਾ ਸੀ ਤੁਹਾਡੇ। ਲੈ ਕੇ ਪਤਾ ਕਿੱਦਾਂ ਕਰਨੀ ਹੈ। ਇਸ ਬੰਬੇ ਪਿਕਨਿਕ ਸਪੌਟ ਨੇ ਹੀ ਐਡਵੈਂਚਰਸ ਹੈ ਕਾਫੀ ਕੁਛ। ਦੇਖੋ ਅਲੱਗ ਅਲੱਗ ਰੇਟਸ ਹੈ, ਸਿਰਫ ਐਂਟਰੀ ਇਸਕੀ 10 ਰੁਪਏ ਹੋਈ ਸੀ, ਬਾਅਦ ਮੈਂ ਆਪਣੇ ਜੋ ਲੈਣਾ ਹੈ ਜੋ ਕਰਨਾ ਹੈ ਕਰ ਸਕਦੇ ਹੋ, ਐਕਸਟਰਾ ਪੈਸੇ ਦੇ ਕਰ। ਬੋਟਿੰਗ 30, 3D ਸ਼ੋਅ 30, ਵੀਡੀਓ ਗੇਮ 30 ਜੀ ਦੇਖ ਲਿਓ, ਡਰੈਗਨ 20। ਆਪਾਂ ਅੱਗੇ ਚੱਲਦੇ ਹਾਂ, ਪਹਿਲਾਂ ਆਪਣੇ ਮੂਹਰੇ ਆਇਆ ਬੋਟਿੰਗ ਲੇਕ ਅੱਗੇ, ਸਾਥੀ ਅੰਦਰ ਗਏ ਹੋਏ ਆ, ਦੇਖਦੇ ਕਿਹਦੇ ਪਾਸੇ ਗਏ ਆ। ਇੱਕ ਵਧੀਆ ਪੁਆਇੰਟ ਆ ਇੱਕ ਦਿਨ ਦੇ ਲਈ, ਵਨ ਡੇ ਟੂਰ ਲਈ, ਬੱਚਿਆਂ ਦੇ ਲਈ। ਬੋਟਿੰਗ ਲੇਕ ਇਸ ਬੋਟਿੰਗ ਲੇਕ ਦੇ ਨਾਲ ਹੀ ਨਾਲ ਜੋ ਤੈਨੂੰ ਦਿਖਾ ਲਿਆ ਹੋਇਆ ਤੁਹਾਨੂੰ, ਕਾਫੀ ਖੁੱਲੇ ਏਰੀਏ 'ਚ ਬਣਾਇਆ ਹੋਇਆ, ਹੋਰ ਵੀ ਕੁਛ ਹੈ ਦਿਲ ਪਾਸੇ ਆ। ਦੇਖੋ
ਕਿਹਾ ਸੀ ਨਾ ਬਾਬਾ ਝੂਟ ਲੈਣੇ ਆ, ਤੂੰ ਮੰਨੀ ਨੀ। Should we be okay?